ਜਿੰਨਾ ਦਿਨ ਤੁਸੀਂ ਤੱਕ ਰਹੇ ਹੋ ਜੀ ਯੂਕੇ ਸੁਪਰ ਸਪੋਰਟ ਤੇ ਮੈਂ ਅਫਜ਼ਲ ਕਹਿਣੀ ਮੌਜੂਦ ਹਾਂ ਸੀ ਸਾਊਥ ਹਾਲ ਦੇ ਵਿੱਚ ਸਾਡੇ ਨਾਲ ਮੌਜੂਦ ਹੈ ਪਾਕਿਸਤਾਨ ਦੇ ਸੁਪਰ ਸਟਾਰ ਰਾਈਡਰ ਬਲਾਲ ਮੋਹਸਨ ਢਿੱਲੋਂ। ਅੱਜ ਜ਼ਬਰਦਸਤ ਇਹਨਾਂ ਨੇ ਪਰਫਾਰਮ ਕੀਤੀ, ਅਨਲੱਕੀ ਰਹੇ ਇਹਨਾਂ ਦੀ ਟੀਮ ਤੇ ਨਹੀਂ ਅੱਗੇ ਦੂਜੇ ਰਾਊਂਡ ਦੀ ਕੁਆਲੀਫਾਈ ਕਰ ਸਕੀ। ਬਲਾਲ ਭਾਈ ਦੇ ਨਾਲ ਗੱਪ ਸ਼ਪ ਲਾਵਾਂਗਾ। ਬਲਾਲ ਭਾਈ ਤੁਹਾਨੂੰ ਵੈਲਕਮ, ਖੁਸ਼ੀ ਮਿਲਦੀ ਹੈ ਯੂਕੇ ਤੇ। ਸਾਡੇ ਨਜ਼ਰੀਨ ਦੱਸੋ ਤੁਹਾਡਾ ਯੂਕੇ ਦਾ ਟੂਰ ਕਿੱਦਾਂ ਜਾ ਰਿਹਾ? ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਬਹੁਤ ਵਧੀਆ ਭਾਅ ਜੀ, ਵਧੀਆ ਜਾ ਰਿਹਾ। ਹਾਂਜੀ ਬਹੁਤ ਵਧੀਆ ਭਾਅ ਜੀ। ਤੁਸੀਂ ਕੀ ਸਮਝਦੇ ਹੋ ਜਿਸ ਤਰ੍ਹਾਂ ਤੁਹਾਨੂੰ ਅੱਜ ਅਨਬਿਟਨ ਰਹੇ, ਤੁਹਾਨੂੰ ਕੋਈ ਜੱਫਾ ਨਹੀਂ ਲੱਗਾ, ਤੁਹਾਡੀ ਜਾ ਫਲੈਣ ਕਮਜ਼ੋਰ ਹੈ ਤਾਂ ਕਰਕੇ ਤੁਹਾਡਾ ਕਲੱਬ ਨੈਕਸਟ ਆਰਡਨਰੀ ਕੁਆਲੀਫਾਈ ਨਹੀਂ ਹੋਇਆ? ਸਪੈਸ਼ਲੀ ਤੁਸੀਂ ਰਾਣਾ ਅਲੀ ਸ਼ਾਨ ਅਤੇ ਬਲਾਲ ਆਪਣਾ ਬਲਾਲ ਅਸਲਮ ਗਿੱਲ ਨੂੰ ਕਿੰਨਾ ਮਿਸ ਕਰ ਰਹੇ ਹੋ? ਭਾਅ ਜੀ ਬੇਸਿਕਲ ਸਾਨੂੰ ਘਾਟ ਹੀ ਉਹਨਾਂ ਦੀ ਦੋਵਾਂ ਦੀ, ਜੇ ਸਾਡੇ ਉਹ ਬੰਦੇ ਆ ਜਾਣ ਦੋਵੇਂ ਵੀ ਸਾਡੀ ਜਾ ਫਲੈਣ ਠੀਕ ਹੁੰਦੀ ਹੈ। ਠੀਕ ਹੈ, ਅਤੇ ਫਿਰ ਚਲੋ ਜੇ ਉਹ ਆ ਜਾਣ ਤਾਂ ਫਿਰ ਮੈਚ ਬਣਨ ਦੇ ਚਾਂਸ ਆ ਵੀ ਠੀਕ ਆ, ਕਿਸੇ ਗੱਲ ਨਾਲ ਹਾਰਾਂਗੇ ਵੀ ਚਲੋ ਬੰਦੇ ਪੂਰੇ ਹੋ ਜਾਣ, ਮੁਕਾਬਲਾ ਸਹੀ ਹੋ, ਮੁਕਾਬਲਾ ਸਹੀ ਹੋ। ਹਾਂਜੀ, ਅਤੇ ਭਾਅ ਜੀ ਤੁਹਾਡਾ ਯੂਕੇ ਦਾ ਪਹਿਲਾ ਟੂਰ ਹੈ? ਇਸ ਤੋਂ ਪਹਿਲਾਂ ਯੂਕੇ ਹੋ ਕੇ ਗਏ ਸੀ? ਨਹੀਂ ਭਾਅ ਜੀ, ਮੈਂ 2014 'ਚ ਪਹਿਲੀ ਦਫਾ ਆਇਆ ਸੀ ਇੱਥੇ। 14 ਦੇ ਵਿੱਚ ਆਏ ਹੋ? ਅਤੇ ਨੈਕਸਟ ਹੁਣ ਆਇਆ, ਅਤੇ ਨੈਕਸਟ ਹੁਣ ਆਇਆ। ਤੁਸੀਂ ਭਾਅ ਜੀ ਸਾਡੇ ਨਾਲ ਇਹਨੂੰ ਦੱਸੋ ਕਿ ਯੂਕੇ ਦੀ ਕਬੱਡੀ ਅਤੇ ਪਾਕਿਸਤਾਨ ਦੀ ਕਬੱਡੀ ਦੇ ਵਿੱਚ ਕੀ ਡਿਫਰੈਂਸ ਆ? ਭਾਅ ਜੀ ਇੱਥੇ ਗਰਾਸੀ ਗਰਾਊਂਡਾਂ ਵਾ, ਉੱਥੇ ਘੱਟੇ ਵਾਲੀਆਂ ਜ਼ਿਆਦਾ ਹੁੰਦੀਆਂ, ਠੀਕ, ਮਿੱਟੀ ਵਾਲੀਆਂ ਜਿੱਦਾਂ, ਅਤੇ ਫਿਰ ਉਹਦੇ ਇਹ ਪ੍ਰੋਫੈਸ਼ਨਲ ਕਬੱਡੀ ਆ। ਠੀਕ ਆ, ਜਿੱਦਾਂ ਇੱਥੇ ਕਿ ਬਾਮ ਬੂਮ ਦਾ ਲਾ ਲਓ ਕੋਈ ਚੱਕਰ ਘੱਟ ਆ, ਠੰਡ ਵਾ ਜ਼ਿਆਦਾ, ਉੱਥੇ ਥੋੜ੍ਹੀ ਗਰਮੀ 'ਚ ਆ ਜਾਂਦੀ ਆ, ਸਰਦੀ ਥੋੜ੍ਹੀ ਜਿਹੀ ਘੱਟ ਹੁੰਦੀ, ਵੀ ਚਾਰ ਮੌਸਮ ਆ ਜਿੱਦਾਂ ਉੱਥੇ। ਜੀ ਬਿਲਕੁਲ, ਅਤੇ ਇੱਥੇ ਭਾਅ ਜੀ ਠੰਡ ਹੀ ਆ ਤੁਹਾਡੇ ਸਾਹਮਣੇ ਜ਼ਿਆਦਾ। ਅਤੇ ਬਲਾਲ ਭਾਅ ਜੀ ਤੁਸੀਂ ਦੱਸੋ ਕਿ ਜਿਹੜਾ ਸਪੈਸ਼ਲੀ ਜਿਹੜਾ ਹੁਣ ਵੈਦਰ ਆ, ਟੈਂਪਰੇਚਰ ਵੀ ਬਾਈ ਹੀ ਧੁੱਪੀ ਨਿਕਲ ਆਈ, ਅਤੇ ਠੰਡ ਵਿੱਚ ਕਬੱਡੀ ਖੇਡਣਾ ਈਜ਼ੀ ਹੁੰਦਾ ਜਾਂ ਸਪੈਸ਼ਲੀ ਜਿਹੜੇ ਸਟਾਪਰ ਹੁੰਦੇ ਜਾਂ ਤੁਸੀਂ ਜਿਹੜੇ ਰਾਈਡਰ ਹੋ ਜਾਂ ਧੁੱਪ ਦੇ ਵਿੱਚ ਤੁਹਾਨੂੰ ਈਜ਼ੀ ਰਹਿੰਦਾ? ਭਾਅ ਜੀ ਲਾ ਲਓ ਕਿ ਜੇ ਜ਼ਿਆਦਾ ਠੰਡ ਵੀ ਨਾ ਹੋਵੇ, ਜ਼ਿਆਦਾ ਗਰਮੀ ਵੀ ਨਾ ਹੋਵੇ, ਉਹਦੇ ਵਿੱਚ ਜਾਫੀ ਵੀ ਠੀਕ ਹੈ ਤਾਂ ਰਾਈਡਰ ਵੀ ਠੀਕ ਹੈ, ਮੁਨਾਸਿਬ ਸਾਰਿਆਂ ਵਾਸਤੇ ਬਰਾਬਰ ਜਿਹਾ ਮੌਸਮ ਹੋਵੇ। ਵੀ ਜ਼ਿਆਦਾ ਠੰਡ ਹੋਵੇ ਤਾਂ ਫਿਰ ਲਾ ਲਓ ਤੁਹਾਡੇ ਸਾਹਮਣੇ ਜਾਂ ਜਿਸਮ ਵਾਰਮ ਅਪ ਨਹੀਂ ਹੁੰਦਾ, ਜ਼ਿਆਦਾ ਗਰਮੀ ਹੋਵੇ ਤਾਂ ਫਿਰ ਵੀ ਜਿਸਮ ਫੁੱਲਦਾ, ਸਾਹ ਚੜ੍ਹਦਾ ਜਿੱਦਾਂ। ਅਤੇ ਭਾਅ ਜੀ ਜਿਹੜੇ ਆਪਣੇ ਚੜ੍ਹਦੇ ਪੰਜਾਬ ਦੇ ਲੋਕ ਜਿਸ ਤਰ੍ਹਾਂ ਨੇ ਉਹਨਾਂ ਨੇ ਅੱਜ ਇਸ ਤਰ੍ਹਾਂ ਗਰਾਊਂਡ ਸਜਾਇਆ ਜਾਂ ਤੁਹਾਨੂੰ ਸਪੋਰਟ ਕਰਦੇ ਜਿਹੜੇ ਕਬੱਡੀ ਦੇ ਸਪੈਸ਼ਲ ਲਵਰ ਹੈ ਯੂਕੇ ਦੇ ਵਿੱਚ, ਤੁਸੀਂ ਕੀ ਤੱਕਦੇ ਹੋ ਕਿ ਤੁਹਾਨੂੰ ਯੂਕੇ ਦੀ ਜਿਹੜੇ ਜਿੰਨੇ ਵੀ ਲੋਕ ਕਬੱਡੀ ਨੂੰ ਸਪੋਰਟ ਕਰਦੇ, ਸਪੈਸ਼ਲੀ ਸਾਡੇ ਇੰਡੀਆ ਪੰਜਾਬ ਦੇ ਲੋਕ ਹੈ, ਆਪਣੇ ਪਾਕਿਸਤਾਨ ਪੰਜਾਬ ਦੇ ਮੈਂ ਦੇਖਿਆ ਕਿਉਂਕਿ ਅਸੀਂ ਕਵਰ ਕਰਨ ਲਈ ਆਏ, ਪੰਜਾਬ ਪਾਕਿਸਤਾਨ ਪੰਜਾਬ ਦੇ ਇੰਨੇ ਲੋਕ ਨਹੀਂ ਆ ਗਏ ਸਪੋਰਟਰ ਜਿੰਨੇ ਇੰਡੀਆ ਚੜ੍ਹਦੇ ਪੰਜਾਬ ਤੋਂ ਲੋਕ ਸਨ, ਇਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ? ਕਿਉਂਕਿ ਸਾਡੇ ਕੀ ਵਜ੍ਹਾ ਕਿ ਸਾਡੇ ਆਪਣੇ ਜਿਹੜੇ ਲੋਕ ਹੈ ਉਹ ਆਪਣੇ ਸਟਾਰਾਂ ਨੂੰ ਇੰਨਾ ਸਪੋਰਟ ਕਰਨ ਲਈ ਗਰਾਉਂਡਾਂ ਇੰਨੀਆਂ ਦੇ, ਇਹਦੀ ਕੀ ਵਜ੍ਹਾ ਤੁਹਾਡੇ ਖਿਆਲ ਦੇ ਵਿੱਚ? ਭਾਅ ਜੀ ਇੱਥੇ ਦੀ ਇੱਕ ਤਾਂ ਲਾਈਫ ਬੜੀ ਬਿਜ਼ੀ ਆ, ਤੁਸੀਂ ਵੀ ਇੱਥੇ ਦੇਖਦੇ ਜੇ, ਬਿਲਕੁਲ। ਦੂਸਰੇ ਨੰਬਰ 'ਤੇ ਸਾਡੇ ਪਾਕਿਸਤਾਨੀ ਨਾਉਣਾ ਚਾਹੀਦਾ, ਬਿਲਕੁਲ, ਕਿਉਂਕਿ ਪਾਕਿਸਤਾਨ ਸਟਾਰ ਸਾਰੇ ਖੇਡਦੇ, ਸਾਰੇ ਖੇਡਦੇ ਮੁੰਡੇ, ਕਿਉਂਕਿ ਸਿੱਖ ਭਰਾ ਵੀ ਸਾਰੇ ਆਉਂਦੇ, ਵੇਖੋ ਟਾਈਮ ਕੱਢ ਕੇ, ਬਿਲਕੁਲ ਉਹਨਾਂ ਨੂੰ ਆਉਣਾ ਚਾਹੀਦਾ। ਇਹ ਪਤਾ ਨਹੀਂ ਕੀ ਪ੍ਰੋਬਲਮ ਭਾਅ ਜੀ, ਅੱਗੇ ਵੀ ਆਏ ਤਾਂ ਉਦੋਂ ਵੀ ਇੱਦਾਂ ਹੀ ਵੀ ਘੱਟ ਬੰਦੇ ਆਉਂਦੇ ਜਿਹੜੇ ਆਉਂਦੇ, ਪਾਕਿਸਤਾਨੀ ਘੱਟ ਬੰਦੇ ਆਉਂਦੇ, ਹਾਂਜੀ ਘੱਟ, ਬਹੁਤ ਘੱਟ ਬੰਦੇ ਆਉਂਦੇ ਆ ਜੀ, ਅਤੇ ਜਿਹੜੇ ਆਉਂਦੇ ਉਹਨਾਂ ਦਾ ਥੈਂਕ ਯੂ ਵੀ ਚਲੋ ਸਾਡੇ ਮਗਰ ਆਉਂਦੇ ਤਾਂ ਹੈਗੇ, ਬਾਕੀ ਇਹ ਵੀ ਸਾਡਾ ਪੰਜਾਬ ਆ, ਉਹ ਵੀ ਸਾਡਾ ਪੰਜਾਬ ਸੇਮ ਹੀ ਆ, ਬਿਲਕੁਲ, ਸਿਰਫ ਵਿੱਚ ਤਾਰ ਹੀ ਫਰੀ ਆ, ਤਾਰ ਬਿਲਕੁਲ ਗੱਲ ਦੇਖੀ, ਬਾਕੀ ਤਾਂ ਮਾਹੌਲ ਆਪਣਾ ਸੇਮ ਹੀ ਆ। ਭਾਅ ਜੀ ਨੈਕਸਟ ਮੈਚ ਲਈ ਤੁਸੀਂ ਕੀ ਆਪਣੇ ਜਿਹੜੇ ਫੈਨਸ ਹੈ ਜਾਂ ਸਪੈਸ਼ਲ ਜਿਹੜੇ ਪਾਕਿਸਤਾਨ ਦੇ ਕਬੱਡੀ ਦੇ ਲੋਕ ਯੂਕੇ ਦੇ ਵਿੱਚ ਰਹਿੰਦੇ, ਕਬੱਡੀ ਨੂੰ ਮੁਹੱਬਤਾਂ ਕਰਨੇ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਬਸ ਭਾਅ ਜੀ ਇਹੀ ਹੈ ਵੀ ਦੁਆ ਕਰ ਛੱਡਣ, ਠੀਕ ਹੈ, ਅਤੇ ਆ ਕੇ ਗਰਾਊਂਡ ਸਪੋਰਟ ਕਰਨ ਪਲੇਅਰਾਂ ਨੂੰ, ਹਾਂਜੀ ਬਿਲਕੁਲ ਭਾਅ ਜੀ, ਉਹਨਾਂ ਨੂੰ ਆਉਣਾ ਚਾਹੀਦਾ, ਬਿਲਕੁਲ, ਬਾਕੀ ਜੋ ਮਾਲਕ ਦੀ ਕਰਨੀ ਭਾਅ ਜੀ ਹੋਣੀ ਤਾਂ ਉਹ ਹੀ ਆ, ਠੀਕ ਹੈ, ਉਹਦੇ ਵਿੱਚ ਜੋ ਉਹਦੀ ਰਜ਼ਾ ਉਹ ਹੀ ਕਰ ਸਕ, ਭਾਅ ਜੀ ਦੱਸੋ ਪਾਕਿਸਤਾਨ ਆਪਣਾ ਕਿਹੜੇ ਥਾਂ ਪਿੰਡ ਆ ਆਪਣਾ? ਮੇਰਾ ਭਾਅ ਜੀ ਪਾਕਿਸਤਾਨ ਫੈਸਲਾਬਾਦ ਆ, ਫੈਸਲਾਬਾਦ, ਹਾਂਜੀ ਠੀਕ ਹੈ, ਉਹਦੇ ਲਾਗੇ ਹੀ ਸਰਗੋਧਾ ਰੋਡ 'ਤੇ ਮੇਰਾ ਪਿੰਡ ਆ, ਠੀਕ ਹੈ। ਅਤੇ ਭਾਅ ਜੀ ਤੁਸੀਂ ਜਿਹੜਾ ਹੁਣ ਅੱਗੋਂ ਵਰਲਡ ਕੱਪ ਹੋਣਾ, ਤੁਸੀਂ ਕੀ ਸਮਝਦੇ ਹੋ ਕਿ ਪਾਕਿਸਤਾਨ ਜਿਹੜੀ ਕਬੱਡੀ ਫੈਡਰੇਸ਼ਨ ਹੈ ਉਹ ਉਹਨਾਂ ਨੇ ਸਾਡੀ ਆਪਣੀ ਪਾਕਿਸਤਾਨ ਦੇ ਜਿਹੜੇ ਕਬੱਡੀ ਦੇ ਪਲੇਅਰ ਹੈ ਉਹ ਕਿੰਨੇ ਤਿਆਰ ਕੀਤੇ ਹੋਏ ਸਪੈਸ਼ਲੀ ਵਰਲਡ ਕੱਪ ਲਈ? ਭਾਅ ਜੀ ਦੇਖੋ ਪਾਕਿਸਤਾਨ 'ਚ ਆ ਕੇ ਮੁੰਡੇ ਬਹੁਤ ਨਵੇਂ ਆਏ ਆ, ਠੀਕ ਆ, ਹੋਣੇ ਚਾਹੀਦੇ ਭਾਅ ਜੀ ਹਰ ਸਾਲ ਦੇ ਵਿੱਚ ਲਾ ਲਓ ਕਿ ਵੀ ਕੋਈ ਨਾ ਕੋਈ ਮੁੰਡੇ ਰਲਣੇ ਚਾਹੀਦੇ ਆ, ਤਾਂ ਇਹ ਵੀ ਅੱਲਾ ਪਾਕ ਦਾ ਸ਼ੁਕਰ ਹੈ ਵੀ ਮੁੰਡੇ ਨਵੇਂ ਰਲੇ ਆ, ਅਤੇ ਬਾਕੀ ਮੁੰਡੇ ਮਾਸ਼ਾਅੱਲਾ ਫਿੱਟ ਆ ਸਾਰੇ ਹੀ, ਅਤੇ ਜਦੋਂ ਕੈਂਪ ਲੱਗਣਾ ਮੁੰਡੇ ਜਿਹੜੇ ਹੈਗੇ ਭਾਅ ਜੀ ਉਹ ਸਾਹਮਣੇ ਆ ਹੀ ਜਾਣੇ, ਜਿਹੜੇ ਮਤਲਬ ਤਗੜੇ ਆ, ਜਿਹੜੇ ਤਗੜੇ, ਹਾਂਜੀ ਠੀਕ ਹੈ। ਅਤੇ ਭਾਅ ਜੀ ਥੈਂਕ ਯੂ ਭਾਅ ਜੀ ਤੁਹਾਡਾ ਟਾਈਮ ਦੇਣ ਦਾ। ਤੁਸੀਂ ਗੱਲਬਾਤ ਸੁਣ ਜੀ ਬਲਾਲ ਮੋਹਸਨ ਢਿੱਲੋਂ ਦੀ, ਆਊਟਸਟੈਂਡਿੰਗ ਦੀ ਪਰਫਾਰਮੈਂਸ ਰਹੀ ਅੱਜ ਦੀ ਮੈਚ ਦੀ, ਅਸੀਂ ਬੈਸਟ ਵਿਸ਼ਿਸ ਕਰਦੇ ਹਾਂ, ਅਤੇ ਜਿੰਨੇ ਵੀ ਸਾਡੇ ਯੂਕੇ ਦੇ ਵਿੱਚ ਕਬੱਡੀ ਦੇ ਲਵਰ ਆ ਸਪੈਸ਼ਲੀ ਪਾਕਿਸਤਾਨ ਲੈਂਦੇ ਪੰਜਾਬ ਤੋਂ, ਅਸੀਂ ਉਹਨਾਂ ਦੇ ਗੁਜ਼ਾਰਿਸ਼ ਕਰਾਂਗੇ ਕਿ ਸਪੈਸ਼ਲੀ ਜਿਹੜੇ ਸਾਡੇ ਪਾਕਿਸਤਾਨ ਦੇ ਇੰਨੇ ਵੱਡੇ ਵੱਡੇ ਸਟਾਰ ਆਏ ਉਹਨਾਂ ਨੂੰ ਆ ਕੇ ਤੁਸੀਂ ਸਪੋਰਟ ਕਰੋ, ਅਤੇ ਤੁਹਾਨੂੰ ਮਿਲਦੇ ਹਾਂ ਅਗਲੇ ਮੈਚ। ਅੱਲਾ ਨੇਕਬਾਨ, ਅਸਲਾਮ ਵਾਲੇ।